ਨਮਸਕਾਰ ਖਬਰਾਂ ਦੇਸ ਬੁਲੇਟਿਨ ਚ ਤੁਹਾਡਾ ਸਵਾਗਤ ਆਪ ਸਭ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਤਿਉਹਾਰ ਦੀਆਂ ਦੂਰਦਰਸ਼ਨ ਪਰਿਵਾਰ ਵੱਲੋਂ ਬਹੁਤ-ਬਹੁਤ ਵਧਾਈਆਂ ਮੈਂ ਹਾਂ ਪ੍ਰਮੇਂਦਰ ਕੌਰ ਪਹਿਲਾਂ ਪੇਸ਼ ਨੇ ਚੁਣੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਚ ਪੈਂਦੀ ਲੌਂਗੇਵਲਾ ਇਤਿਹਾਸਿਕ ਚੌਕੀ ਤੇ ਫੌਜ ਦੇ ਸੈਨਿਕਾਂ ਨਾਲ ਦੀਵਾਲੀ ਮਨਾਈ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਆਪਣੇ ਹਥਿਆਰਬੰਦ ਬਲਾਂ ਤੇ ਮਾਣ ਹੈ ਜੋ ਬੜੀ ਦਲੇਰੀ ਨਾਲ ਦੇਸ਼ ਦੀ ਰੱਖਿਆ ਕਰਦੇ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੇਸ਼ਵਾਸੀਆਂ ਨੂੰ ਸਮਾਜ ਦੇ ਗਰੀਬ ਬੇਸਹਾਰਾ ਤੇ ਜ਼ਰੂਰਤਮੰਦ ਲੋਕਾਂ ਦੇ ਜੀਵਨ ਵਿੱਚ ਖੁਸ਼ੀਆਂ ਵੰਡਦੇ ਹੋਏ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਦੇਸ਼ ਅਤੇ ਵਿਦੇਸ਼ਾਂ ਚ ਧਾਰਮਿਕ ਸਰਦਾਰ ਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ ਬਾਜ਼ਾਰਾਂ ਚ ਰੌਣਕਾਂ ਆਮ ਲੋਕਾਂ ਵੱਲੋਂ ਸਬਦੇਸ਼ੀ ਉਤਪਾਦਨ ਦੀ ਖਰੀਦ ਨੂੰ ਦਿੱਤੀ ਜਾ ਰਹੀ ਹੈ ਤਰਜੀ ਭਾਰ ਦੇ ਉਪ ਰਾਸ਼ਟਰਪਤੀ ਐਮ ਵੇਕਈਆ ਨਾਈਡੂ ਨੇ ਬਾਲ ਦਿਵਸ ਮੌਕੇ ਬੱਚਿਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੰਡਿਤ ਜਵਾਹਰ ਲਾਲ ਨਹਿਰੂ ਦੀ 131ਵੀਂ ਜਨਮ ਬਰਗੰਟ ਤੇ ਉਹਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਸੰਸਦ ਦੇ ਮੈਂਬਰਾਂ ਵੱਲੋਂ ਸੰਸਦ ਦੇ ਕੇਂਦਰੀ ਹਾਲ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਦੀ ਤਸਵੀਰ ਤੇ ਫੁੱਲ ਚੜਾ ਕੇ ਸ਼ਰਧਾਂਜਲੀਆਂ ਪੇਨਕੀਆਂ ਗਈਆਂ ਵਿਹਾਰ ਵਿੱਚ ਐਨਡੀਏ ਦੀ ਜਿੱਤ ਤੋਂ ਬਾਅਦ ਸਰਕਾਰ ਦੇ ਗਠਨ ਨੂੰ ਲੈ ਕੇ ਹਲਚਲ ਤੇਜ਼ ਪਲਕੇ ਪਟਨਾ ਚ ਐਨਡੀਏ ਵਿਦਾਨ ਮੰਡਲ ਪਾਰਟੀ ਦੀ ਮੀਟਿੰਗ ਹੋਵੇਗੀ ਜਿਸ ਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਨਾਮਾਂ ਤੇ ਮੋਹਰ ਲੱਗੇਗੀ ਨਤੀਸ਼ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਬਿਹਾਰ ਚ ਨਵੀਂ ਸਰਕਾਰ ਦੇ ਗਠਨ ਦਾ ਰਾਪਧਰਾ ਕੀਤਾ ਦੇਸ਼ ਚ ਕਰੋਨਾ ਤੋਂ ਠੀਕ ਹੋਣ ਦੀ ਦਰ 93.05 ਫੀਸਦੀ ਤੱਕ ਪਹੁੰਚੀ ਬੀਤੇ ਦਿਨੀ 47000 ਤੋਂ ਵੱਧ ਕਰੋਨਾ ਮਰੀਜ਼ ਲਾਗ ਤੋਂ ਮੁਕਤ ਹੋਏ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਹ ਬਾਈਡਨ ਨੇ ਜਾਰਜੀਆ ਪ੍ਰਾਂਤ ਵਿੱਚ ਵੀ ਜਿੱਤ ਦਰਜ ਕੀਤੀ ਜਿਸ ਮਗਰੋਂ ਉਨ੍ਹਾਂ ਦੀਆਂ ਕੁੱਲ ਇਲੈਕਟੋਰਲ ਵੋਟਾਂ ਦੀ ਗਿਣਤੀ 306 ਹੋਈ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਾਰਥ ਕੈਰੋਲਿਨਾ ਪ੍ਰਾਂਤ ਵਿੱਚ ਜਿੱਤ ਦਰਜ ਕੀਤੀ ਟਰੰਪ ਦੀਆਂ ਇਲੈਕਟੋਰਲ ਵੋਟਾਂ ਦੀ ਗਿਣਤੀ 232 ਤੱਕ ਪਹੁੰਚੀ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਚ ਪੈਂਦੀ ਲੋਂਗੇਵਲਾ ਇਤਿਹਾਸਿਕ ਚੌਕੀ ਤੇ ਫੌਜ ਦੇ ਸੈਨਿਕਾਂ ਨਾਲ ਦੀਵਾਲੀ ਮਨਾਈ ਪ੍ਰਧਾਨ ਮੰਤਰੀ ਨੇ ਹਥਿਆਰਬੰਦ ਫੌਜਾਂ ਦੇ ਸੈਨਿਕਾਂ ਨਾਲ ਕਾਫੀ ਸਮਾਂ ਬਤੀਤ ਕੀਤਾ ਤੇ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਦਿਆਂ ਉਹਨਾਂ ਸੈਨਿਕਾਂ ਨੂੰ ਮਠਾਈਆਂ ਵੰਡੀਆਂ ਇਸ ਦੌਰਾਨ ਸੈਨਿਕ ਕਾਫੀ ਜੋਸ਼ ਵਿੱਚ ਨਜ਼ਰ ਆਏ ਇਸ ਮੌਕੇ ਸੈਨਿਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਆਪਣੇ ਹਥਿਆਰਬੰਦ ਬਲਾਂ ਤੇ ਮਾਣ ਹੈ ਜੋ ਬੜੀ ਦਲੇਰੀ ਨਾਲ ਦੇਸ਼ ਦੀ ਰੱਖਿਆ ਕਰਦੇ ਨੇ ਉਨ੍ਹਾਂ ਕਿਹਾ ਕਿ ਭਾਰਤੀ ਸੈਨਿਕਾਂ ਦੀ ਬਹਾਦਰੀ ਨੂੰ ਹਰ ਚੁਣੌਤੀ ਨੂੰ ਹਮੇਸ਼ਾ ਸਰ ਕੀਤਾ ਹੈ ਫਿਰ ਚਾਹੇ ਉਹ ਹਿਮਾਲਿਆ ਦੀਆਂ ਚੋਟੀਆਂ ਤੇ ਹੋਵੇ ਜਾਂ ਰੇਗਿਸਤਾਨ ਦੇ ਖੇਤਰ ਵਿੱਚ ਜਾਂ ਫਿਰ ਸੰਘਣੇ ਜੰਗਲਾਂ ਜਾਂ ਸਮੁੰਦਰਾਂ ਦੀਆਂ ਗਹਿਰਾਈਆਂ ਵਿੱਚ ਹੋਵੇ ਮੈਂ ਆਪਕੇ ਵਿੱਚ ਇਕੱਲਾ ਨਹੀਂ ਆਤਾ ਮੈਂ ਆਪਣੇ ਸਾਥ देश का आपके प्रति प्रेम आपके प्रति स्नेह और आपके लिए आशीर्वाद भी साथ लेकर के आता हूं और साथियों आज यहां लौंगेवाला की एक्सपोस्ट पर तो देश भर की नजरें भी आप पर है ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸਥਾਰਵਾਦੀ ਇੱਕ ਮਾਨਸਿਕ ਵਿਕਾਰ ਹੈ ਤੇ ਇਸ ਤੋਂ 18ਵੀਂ ਸਦੀ ਦੀ ਸੋਚ ਚਲਕਦੀ ਹੈ ਉਹਨਾਂ ਨੇ ਕਿਹਾ ਕਿ ਅੱਜ ਪੂਰਾ ਵਿਸ਼ਵ ਵਿਸਥਾਰਵਾਦੀ ਤਾਕਤਾਂ ਤੋਂ ਪਰੇਸ਼ਾਨ ਹੈ ਪ੍ਰਧਾਨ ਮੰਤਰੀ ਨੇ ਆਖਿਆ ਕਿ ਅਜ 파ਰਤ ਵਿਸਥਾਰਵਾਦੀ ਸੋਚ ਵਿਰੋਧਿਕ ਤਕੜੀ ਆਵਾਜ਼ ਬਣ ਰਿਹਾ ਹੈ ਉਹਨਾਂ ਨੇ ਕਿਹਾ ਕਿ 파ਰਦੀ ਰਣਨੀਤੀ ਸਪਸ਼ਟ ਹੈ ਕਿਉਂਕਿ ਉਹ ਸਮਝਬੂਝ ਦੀ ਨੀਤੀ 'ਤੇ ਵਿਸ਼ਵਾਸ ਕਰਦੇ ਤੇ ਦੂਸਰਿਆਂ ਨੂੰ ਵੀ ਇਸ ਲਈ ਪ੍ਰੇਰਿਤ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਫਿਰ ਵੀ ਜੇ ਸਾਡੀਆਂ ਕੋਸ਼ਿਸ਼ਾਂ ਦੀ ਕੋਈ ਪ੍ਰੀਖਿਆ ਲੈਂਦਾ ਹੈ ਤਾਂ ਉਹਨਾਂ ਨੂੰ ਕਰਾਰਾ ਜਵਾਬ ਦਿੱਤਾ ਜਾਂਦਾ ਹੈ भले बर्फीली पहाड़ियों पर रहें या फिर रेगिस्तान में मेरी दिवाली तो आपके बीच आकर ही पूरी होती है आपके चेहरों की रौनक देखता हूं आपके चेहरे की खुशियां देखता हूं तो मुझे भी ਅਨੇਕ ਗੁਣਾ ਖੁਸ਼ੀ ਹੋ ਜਾਂਦੀ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਵਿਸ਼ਵ ਨੂੰ ਇਹ ਵਿਖਾ ਦਿੱਤੇ ਕਿ ਉਸ ਕੋਲ ਸਹੀ ਜਵਾਬ ਦੇਣ ਦੀ ਤਾਕਤ ਤੇ ਸਿਆਸੀ ਇੱਛਾ ਸ਼ਕਤੀ ਹੈ ਉਹਨਾਂ ਕਿਹਾ ਕਿ ਭਾਰਤ ਦੀ ਫੌਜੀ ਸਮਰਥਨਲ ਸਮਝੌਤੇ ਦੀ ਤਾਕਤ ਵਿੱਚ ਕਈ ਗੁਣਾ ਵਾਧਾ ਹੋਇਆ ਹੈ ਨਰਿੰਦਰ ਮੋਦੀ ਨੇ ਕਿਹਾ ਕਿ ਅਜਿਹਾ ਜਪਾਰਾਤਵਾਦੀਆਂ ਤੇ ਉਹਨਾਂ ਦੇ ਆਕਾਮਾਂ ਨੂੰ ਉਹਨਾਂ ਦੇ ਕਾਰਨ ਅੰਦਰ ਵੜ ਕੇ ਖਤਮ ਕਰਦਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਵਿਸ਼ਵ ਇਹ ਸਮਝਦਾ ਹੈ ਕਿ ਭਾਰਤ ਆਪਣੇ ਹਿੱਤਾਂ ਨਾਲ ਕਿਸੇ ਵੀ ਕੀਮਤ ਤੇ ਸਮਝੌਤਾ ਨਹੀਂ ਕਰੇਗਾ ਤੇ ਭਾਰਤ ਬੜੀ ਸਪਸ਼ਟਤਾ ਨਾਲ ਕੁਮਾਂਤਰੀ ਪਦਰਤੇ ਆਪਣੇ ਵਿਚਾਰ ਰੱਖ ਰਿਹਾ ਹੈ ਉਹਨਾਂ ਨੇ ਕਿਹਾ ਕਿ ਹਰ ਭਾਰਤੀ ਆਪਣੀ ਫੌਜ ਦੀ ਤਾਕਤ ਬਹਾਦਰੀ ਤੇ ਦਲੇਰੀ ਤੇ ਮਾਨ ਕਰਦੇ ਤੇ ਵਿਸ਼ਵ ਚ ਕੋਈ ਵੀ ਤਾਕਤ ਸਾਨੂੰ ਸਾਡੀਆਂ ਸਰਹੱਦਾਂ ਦੀ ਰਾਖੀ ਤੋਂ

मजबूत कर रही है आज देश में एक तरफ जहां आधुनिक टेक्नोलॉजी आधुनिक साजो सामान पर फोकस किया जा रहा है वहीं डिफेंस रिफॉर्म पर भी उतनी ही गंभीरता से काम हो रहा है रक्षा क्षेत्र में आत्मनिर्भरता के पीछे लक्ष्य यही है कि आधुनिक हथियारों और टेक्नोलॉजी के लिए Bidez ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੀਵਾਲੀ ਮੌਕੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਹੈ ਉਨ੍ਹਾਂ ਇੱਕ ਸੁਨੇਹੇ ਚ ਰਾਸ਼ਟਰਪਤੀ ਨੇ ਕਿਹਾ ਕਿ ਵੱਖੋ-ਵੱਖਰੇ ਤਰ੍ਹਾਂ ਅਤੇ ਪਾਈਚਾਰੇ ਦੇ ਲੋਕਾਂ ਵੱਲੋਂ ਮਨਾਇਆ ਜਾਣ ਵਾਲਾ ਇਹ ਤਿਉਹਾਰ ਦੇਸ਼ ਦੇ ਲੋਕਾਂ ਚ ਇਕਤਾ ਸਦਪਾਮਨਾ ਤੇ ਪਾਈਚਾਰੇ ਦੀ ਪਾਮਨਾ ਨੂੰ ਮਜ਼ਬੂਤ ਕਰਦਾ ਹੈ ਉਨ੍ਹਾਂ ਕਿਹਾ ਕਿ ਤਿਉਹਾਰ ਸਾਨੂੰ ਮਨੁੱਖਤਾ ਦੀ ਸੇਵਾ ਲਈ ਕੰਮ ਕਰਨ ਲਈ ਵੀ ਪ੍ਰੇਰਿਤ ਕਰਦੇ ਨੇ ਰਾਸ਼ਟਰਪਤੀ ਨੇ ਕਿਹਾ ਕਿ ਦੀਵਾਲੀ ਮੌਕੇ ਸਾਨੂੰ ਆਪਣੀਆਂ ਖੁਸ਼ੀਆਂ ਸਮਾਜ ਦੇ ਗਰੀਬ ਬੇਸਹਾਰਾ ਤੇ ਲੋੜਵੰਦ ਲੋਕਾਂ ਨਾਲ ਸਾਂਝੀਆਂ ਕਰਦੇ ਹੋਏ ਉਨ੍ਹਾਂ ਦੇ ਜੀਵਨ ਵਿੱਚ ਉਮੀਦ ਅਤੇ ਖੁਸ਼ਹਾਲੀ ਲਿਆਉਂਦਾ ਸੰਕਲਪ ਲੈਣਾ ਚਾਹੀਦਾ ਠੀਕ ਉਸੇ ਤਰ੍ਹਾਂ ਜਿਵੇਂ ਇੱਕ ਦੀਵਾ ਆਪਣੀ ਰੌਸ਼ਨੀ ਸਾਂਝੀ ਕਰਕੇ ਬਹੁਤ ਸਾਰੇ ਦੀਵਿਆਂ ਨੂੰ ਜਗਾਉਂਦਾ ਹੈ ਰਾਸ਼ਟਰਪਤੀ ਨੇ ਕਿਹਾ ਕਿ ਦੀਵਾਲੀ ਸਵੱਛਤਾ ਦਾ ਵੀ ਤਿਉਹਾਰ ਹੈ ਇਸ ਲਈ ਸਾਨੂੰ ਪ੍ਰਦੂਸ਼ਣ ਰਹਿਤ ਵਾਤਾਵਰਣ ਅਨੁਕੂਲ ਅਤੇ ਸਾਫ਼ ਦੀਵਾਲੀ ਮਨਾ ਕੇ ਕੁਦਰਤ ਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਰਾਸ਼ਟਰਪਤੀ ਨੇ ਉਮੀਦ ਜਤਾਈ ਹੈ ਕਿ ਖੁਸ਼ਹਾਲੀ ਅਤੇ ਰੌਸ਼ਨੀਆਂ ਦਾ ਇਹ ਸ਼ਾਨਦਾਰ ਤਿਉਹਾਰ ਸਾਡੇ ਦੇਸ਼ ਤੇ ਹਰ ਘਰ ਵਿੱਚ ਖੁਸ਼ਹਾਲੀ ਸ਼ਾਂਤੀ ਅਤੇ ਖੁਸ਼ੀਆਂ ਖੇੜੇ ਲੈ ਕੇ ਆਵੇਗਾ ਇਸੇ ਤੁਹਾਨੂੰ ਦੇਸ਼ ਭਾਰ ਚ ਦੀਵਾਲੀ ਦੀਆਂ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਨੇ ਵਿਦੇਸ਼ਾਂ ਵਿੱਚ ਵੀ ਭਾਰਤੀ ਮੂਲ ਦੇ ਲੋਕਾਂ ਵੱਲੋਂ ਪੂਰੀ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ ਬਦੀ ਉਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਭਗਵਾਨ ਰਾਮ ਦੇ ਅਯੁੱਧਿਆ ਪਹੁੰਚਣ ਦੀ ਖੁਸ਼ੀ ਚ ਲੋਕਾਂ ਵੱਲੋਂ ਕਿਉ ਦੇ ਦੀਵੇ ਬਲਕਿ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਅਤੇ ਇਸੇ ਤਰ੍ਹਾਂ ਸਦੀਆਂ ਤੋਂ ਇਹ ਤਿਉਹਾਰ ਮਨਾਉਣ ਦੀ ਰਵਾਇਤ ਚੱਲੀ ਆ ਰਹੀ ਹੈ ਲੋਕ ਹੁਣ ਦੀਵਾਲੀ ਤੇ ਦੀਵਿਆਂ ਤੋਂ ਇਲਾਵਾ ਲੜੀਆਂ ਆਦ ਨਾਲ ਵੀ ਆਪਣੇ ਘਰਾਂ ਨੂੰ ਰੁਸ਼ਨਾਉਂਦੇ ਨੇ ਤੇ ਜਗਮਗਰਦੇ ਘਰ ਅਤੇ ਮੰਦਰ ਅਲੌਕਿਕ ਨਜ਼ਾਰਾ ਪੇਸ਼ ਕਰਦੇ ਨੇ ਇਸ ਵਾਰ ਨਾ ਮਹਾਮਾਰੀ ਕਾਰਨ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਦੀਵਾਲੀ ਮਨਾਈ ਜਾ ਰਹੀ ਹੈ ਪਰ ਲੋਕਾਂ ਦੀ ਭਾਵਨਾ ਅਤੇ ਜੋਸ਼ ਵਿੱਚ ਕੋਈ ਕਮੀ ਨਹੀਂ ਆਈ ਦੇਸ਼ ਦੇ ਕਈ ਸੂਬਿਆਂ 'ਚ ਦੀਵਾਲੀ ਮੌਕੇ ਪਟਾਕੇ ਚਲਾਉਣ ਤੇ ਵੀ ਕੁਝ پابندੀਆਂ ਲਗਾਈਆਂ ਗਈਆਂ ਨੇ ਕੌਮੀ ਰਾਜਧਾਨੀ ਦਿੱਲੀ 'ਚ ਪਟਾਕਿਆਂ ਤੇ ਪੂਰਨ ਪਾਬੰਦੀ ਹੈ ਜਦਕਿ ਪੰਜਾਬ 'ਚ ਸਰਕਾਰ ਵੱਲੋਂ ਰਾਤ 8 ਵਜੇ ਤੋਂ ਲੈ ਕੇ 10 ਵਜੇ ਤੱਕ ਹੀ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਪੰਜਾਬ 'ਚ ਦੀਵਾਲੀ ਦੇ ਨਾਲ-ਨਾਲ ਬੰਦੀ ਛੋੜ ਦਿਵਸ ਵੀ ਮਨਾਇਆ ਜਾ ਰਿਹਾ ਏ ਦਿਨ ਸਿੱਖਾਂ ਦੇ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਇਲਗਰ ਦੇ ਕਿਲੇ ਤੋਂ 52 ਹਿੰਦੂ ਰਾਜਿਆਂ ਨੂੰ ਰਿਹਾ ਗ੍ਰਾਉਂਡ ਦੇ ਸਤਕਾਰ ਵੱਜੋ ਮਨਾਇਆ ਜਾਂਦਾ ਹੈ ਇਸ ਸਾਲ ਦੇਸ਼ ਵਿੱਚ ਤਿਉਹਾਰਾਂ ਮੌਕੇ ਵਰਤੇ ਜਾਣ ਵਾਲੇ ਸਮਾਨ ਲਈ ਵੀ ਵੋਕਲ ਫੋਰ ਲੋਕਲ ਦਾ ਨਾਅਰਾ ਦਿੱਤਾ ਗਿਆ ਤੇ ਸਵਦੇਸ਼ੀ ਸਮਾਨ ਵੱਲ ਲੋਕਾਂ ਦਾ ਵਧੇਰੇ ਰੁਝਾਨ ਪਾਇਆ ਗਿਆ ਭਾਰਦੇ ਉਪਰਾਸ਼ਟਪਤੀ ਐਮ ਬੈਂਕਈਆ ਨਾਇਡੂ ਨੇ ਅੱਜ ਬਾਲ ਦਿਵਸ ਮੌਕੇ ਬੱਚਿਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਉਪਰਾਸ਼ਟਪਤੀ ਨੇ ਇਸ ਮੌਕੇ ਕਿਹਾ ਕਿ ਬੱਚਿਆਂ ਨੂੰ ਸ਼ੁਰੂ ਤੋਂ ਹੀ ਕਦਰਾਂ ਕੀਮਤਾਂ ਦਾ ਵਿਕਾਸ ਕੀਤਾ ਜਾਣਾ ਚਾਹੀਦਾ ਹੈ ਬਾਲ ਦਿਵਸ ਮੌਕੇ ਆਪਣੇ ਸੰਦੇਸ਼ ਉਪਰਾਸ਼ਟਪਤੀ ਨੇ ਕਿਹਾ ਕਿ ਬੱਚਿਆਂ ਦਾ ਪਾਲਣ ਪੋਸ਼ਣ ਪਿਆਰ ਅਤੇ ਸਤਿਕਾਰ ਭਰਪੂਰ ਹੋਣਾ ਚਾਹੀਦਾ ਹੈ ਟਵਿੱਟਰ ਤੇ ਆਪਣੇ ਸੰਦੇਸ਼ ਉਨਾ ਕਿਹਾ ਕਿ ਉਸਾਰੇ ਪਿਆਰੇ ਬੱਚਿਆਂ ਨੂੰ ਬਾਲ ਦਿਵਸ ਦੀ ਵਧਾਈ ਦਿੰਦੇ ਨੇ ਐਮ ਬੈਂਕਈਆ ਨਾਇਡੂ ਨੇ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਨੇ ਤੇ ਉਹਨਾਂ ਨੂੰ ਨੈਤਿਕਤਾ ਇਮਾਨਦਾਰੀ ਵੱਡਿਆਂ ਦਾ ਸਤਿਕਾਰ ਸਭਿਆਚਾਰ ਤੇ ਕੁਦਰਤ ਸਨਮਾਨ ਆਦ ਦੇ ਗੁਣ ਛੋਟੀ ਉਮਰ ਵਿੱਚ ਹੀ ਸਿਖਾਏ ਜਾਣੇ ਚਾਹੀਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅੱਜ ਪੰਡਿਤ ਜਵਾਹਰ ਲਾਲ ਨਹਿਰੂ ਦੀ 131ਵੀਂ ਜਨਮ ਬਰੇਗੰਤ ਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀਆਂ ਆਪਣੇ ਟਵੀਟ ਚੋਂ ਨਾ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਜਨਮ ਬਰੇਗੰਤ ਤੇ ਉਹਨਾਂ ਨੂੰ ਨਿਮਰ ਸ਼ਰਧਾਂਜਲੀਆ 14 ਨਵੰਬਰ 1899 ਜਨਮੇ ਪੰਡਿਤ ਜਵਾਹਰ ਲਾਲ ਨਹਿਰੂ ਭਾਰਤ ਦੇ ਸਭ ਤੋਂ ਲੰਬੇ ਸੇਵਾ ਕਾਲ ਵਾਲੇ ਪ੍ਰਧਾਨ ਮੰਤਰੀ ਰਹੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਨ ਨੂੰ ਦੇਸ਼ ਵਿੱਚ ਬਾਲ ਦਿਵਸ ਦੇ ਤੌਰ ਤੇ ਮਨਾਇਆ ਜਾਂਦੇ ਬ ਜਾਗਰੂਕਤਾ ਵਧਾਉਣ ਅਤੇ ਬੱਚਿਆਂ ਨੂੰ ਸਹੀ ਸਿੱਖਿਆ ਤੇ ਸੰਭਾਲ ਵਰਗੇ ਮੁੱਦਿਆਂ ਤੇ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ ਜੁਵਾਰਲਾ ਨਹਿਰੂ ਨੂੰ ਚਾਚਾ ਨਹਿਰੂ ਵਜੋਂ ਵੀ ਜਾਣਿਆ ਜਾਂਦਾ ਹੈ ਤੇ ਉਹ ਬੱਚਿਆਂ 'ਚ ਬਹੁਤ ਜ਼ਿਆਦਾ ਹਰਮਨ ਪਿਆਰੇ ਸਨ ਬੱਚਿਆਂ ਪ੍ਰਤੀ ਉਹਨਾਂ ਦੇ ਪ੍ਰੇਮ ਕਰਕੇ ਹੀ ਉਹਨਾਂ ਦੇ ਜਨਮ ਦਿਨ ਨੂੰ ਬਾਲ ਦਿਵਸ ਦੇ ਰੂਪ ਚ ਮਨਾਇਆ ਜਾਂਦਾ ਹੈ ਸੰਸਦ ਦੇ ਮੈਂਬਰਾਂ ਵੱਲੋਂ ਅੱਜ ਪੰਡਿਤ ਜੁਵਾਰਲਾ ਨਹਿਰੂ ਦੀ ਜਨਮ ਵਰੀ ਗਣਤੇ ਉਹਨਾਂ ਨੂੰ ਨਿਗੀਆਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਲੋਕ ਸਭਾ ਸਪੀਕਰ ਓਮ ਬਿਰਲਾ ਰਾਜ ਸਭਾ ਵਿਰੋਧੀ ਪਾਰਟੀ ਦੇ ਆਗੂ ਗੁਲਾਮ ਨਬੀ ਅਜ਼ਾਦ ਮੌਜੂਦਾ ਸੰਸਦ ਮੈਂਬਰਾਂ ਤੇ ਸਾਬਕਾ ਮੈਂਬਰ ਪੰਡਿਤ ਨਹਿਰੂ ਦੀ ਤਸਵੀਰ ਤੇ ਫੁੱਲ ਚੜਾ ਕੇ ਉਹਨਾਂ ਨੂੰ ਸ਼ਰਧਾਂਜਲੀयां ਪੇਂਟ ਕੀਤੀਆਂ ਗਈਆਂ। ਬਿਹਾਰ ਵਿੱਚ ਐਨਡੀਏ ਜਿੱਤ ਤੋਂ ਬਾਅਦ ਸਰਕਾਰ ਦੇ ਗਠਨ ਨੂੰ ਲੈ ਕੇ ਹਲਚਲ ਤੇਜ਼ ਹੋ ਗਈ ਹੈ। ਬਲਕਿ 15 ਨਵੰਬਰ ਨੂੰ ਪਟਨਾ ਚ ਐਨਡੀਏ ਵਿਦਵੰਤ ਮੰਡਲ ਪਾਰਟੀ ਦੀ ਮੀਟਿੰਗ ਹੋਵੇਗੀ ਜਿਸ ਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਨਾਮਾਂ ਤੇ ਮੋਹਰ ਲੱਗੇਗੀ। अनुसार इस मीटिंग च रखा मंत्री राजनाथ सिंह भी मौजूद रहने समझा जा रहा है कि मीटिंग दौरान कुछ अहम फैसले ले जा सकते हैं इस मीटिंग च उप मुख्य चो एक अहम एजेंडा हो भारतीय जनता पार्टी दो हजार पच्ची हो बिहार विधानसभा दगलियां को ध्यान में रख के ही उप मुख्यमंत्री चोन करेगी क्योंकि जनता दल यूनाइटिड के प्रधान मुख्यमंत्री नीतीश कुमार चोन प्रचार दौरान यह ऐलान कर चुके हैं कि इस बार चो उन्होंने आखिरी चो होगी बल्कि होने वाली मीटिंग च केंद्रीय मंत्री राजनाथ की मौजूदगी ਕਾਫੀ ਮਹੱਤਵਪੂਰਨ ਸਮਝਿਆ ਜਾ ਰਿਹਾ ਹੈ ਕਿਉਂਕਿ ਰਾਜਨਾਥ ਸਿੰਘ ਅਜਈ ਸ਼ਖਸੀਅਤ ਨੇ ਜੋ ਸਾਰਿਆਂ ਨੂੰ ਨਾਲ ਲੈ ਕੇ ਸਾਰੇ ਫੈਸਲੇ ਸਿਰਫ ਸੰਮਤੀ ਨਾਲ ਕਰਵਾ ਸਕਦੇ ਨੇ ਰਾਜਨਾਥ ਸਿੰਘ ਦੇ ਨतीश ਕੁਮਾਰ ਨਾਲ ਵੀ ਚੰਗੇ ਸਬੰਧ ਨੇ ਤੇ ਉਹਨਾਂ ਦਾ ਕਾਫੀ ਪ੍ਰਭਾਵ ਹੈ ਇਸ ਤੋਂ ਪਹਿਲਾਂ ਬੀਤੀਸ਼ਾ ਮੁੱਖ ਮੰਤਰੀ ਨतीश ਕੁਮਾਰ ਦੀ ਪ੍ਰਦਾਨਗੀ ਚ ਬਿਹਾਰ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ 16ਵੀਂ ਬਿਹਾਰ ਵਿਧਾਨ ਸਭਾ ਨੂੰ ਪੰਕ ਕਰਨ ਦਾ ਫੈਸਲਾ ਕੀਤਾ ਗਿਆ ਇਸ ਮਗਰੋਂ ਮੁੱਖ ਮੰਤਰੀ ਨतीश ਕੁਮਾਰ ਰਾਜਪਮਨ ਪਹੁੰਚੇ ਤੇ ਉਹਨਾਂ ਰਾਜਪਾਲ ਫਾਗੂ ਚੋਹਾਨ ਨੂੰ ਮੰਤਰੀ ਮੰਡਲ ਦੇ ਫੈਸਲੇ ਦੇ ਮੱਦੇਨਜ਼ਰ 16ਵੀਂ ਵਿਧਾਨ ਸਭਾ ਨੂੰ ਪੰਕ ਕਰਨ ਦੀ ਬੇਨਤੀ ਕੀਤੀ ਮੁੱਖ ਮੰਤਰੀ ਵੱਲੋਂ ਆਪਣੇ ਤੇ ਆਪਣੇ ਹੋਰ ਕੈਬਨਿਟ ਦੇ ਯੁਗੀਆਂ ਦੇ ਅਸਤੀਫੇ ਵੀ ਰਾਜਪਾਲ ਨੂੰ ਸੌਂਪੇ ਗਏ 16ਵੀਂ ਵਿਧਾਨ ਸਭਾ ਨੂੰ ਭੰਗ ਕਰਨ ਦੇ ਰਾਜਪਾਲ ਦੇ ਫੈਸਲੇ ਦੇ ਨਾਲ ਹੀ ਨਵੀਂ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਭਲਕੇ ਐਨਡੀਏ ਦੇ ਨੇਤਾ ਦੀ ਚੋਣ ਲਈ ਚਾਰੂਗੜ੍ਹ ਜੋੜ ਪਾਰਟੀਆਂ ਜਨਤਾਦਲ ਯੂनाइटेड ਭਾਜਪਾ ਵਿਕਾਸਸ਼ੀਲ ਇਨਸਾਨ ਪਾਰਟੀ ਤੇ ਹਿੰਦੂਸਤਾਨੀ ਆਵਾਮ ਊਰਜਾ ਪਾਰਟੀਆਂ ਸ਼ਾਮਿਲ ਹੋਣਗੀਆਂ ਭਲਕੇ 15 ਨਵੰਬਰ ਨੂੰ ਹੀ ਐਨਡੀਏ ਵਿਧਾਨਗਰ ਪਾਰਟੀ ਤੇ ਸ਼ਾਮਿਲ ਵੱਖ-ਵੱਖ ਪਾਰਟੀਆਂ ਵੱਲੋਂ ਆਪਣੀਆਂ ਆਪਣੀਆਂ ਵੱਖਰੀਆਂ ਮੀਟਿੰਗਾਂ ਵੀ ਕੀਤੀਆਂ ਜਾਣਗੀਆਂ ਜਿਸ ਤਰ੍ਹਾਂ ਨੂੰ ਐਨਡੀਏ ਲੋ ਚੁਣੀ ਜਾਣ ਵਾਲੇ ਨੇਤਾ ਦੇ ਨਾਮ ਤੇ ਚਰਚਾ ਕਰਨਗੇ ਤੇ ਨਾਲ ਹੀ ਉਸ ਨੇਤਾ ਦੀ ਅਗਵਾਈ ਚ ਸਰਕਾਰ ਦੇ ਗਠਨ ਲਈ ਰਾਜਪਾਲ ਨੂੰ ਸੌਂਪੇ ਜਾਣ ਵਾਲੀ ਚਿੱਠੀ ਵੀ ਤਿਆਰ ਕਰਨਗੇ ਸਾਂਝੀ ਮੀਟਿੰਗ ਚ ਚਾਰੋਂ ਪਾਰਟੀਆਂ ਰਾਜਪਾਲ ਨੂੰ ਸਮਰਥਨ ਪੱਤਰ ਸੌਂਪਣਗੇ ਸੇ ਨਾਲ ਹੀ ਐਨਡੀਏ ਰਾਜਪਾਲ ਸਾਹਮਣੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗਾ ਸੰਵਿਧਾਨਿਕ ਪ੍ਰਕਿਰਿਆ ਤਹਿਤ ਰਾਜਪਾਲੇ ਸਮਗ루 ਐਨਡੀਏ ਦੇ ਨੇਤਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇਣਗੇ ਫਿਰ ਉਹਨਾਂ ਦੀ ਇੱਛਾ ਅਨੁਸਾਰ ਤਰੀਕ ਤੇ ਸਮਾਂ ਤੈਅ ਕਰਕੇ ਸੌ ਚੁੱਕ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ ਮੰਨਿਆ ਜਾ ਰਿਹਾ ਹੈ ਕਿ ਨਤੀਸ਼ ਕੁਮਾਰ 16 ਨਵੰਬਰ ਸੋਮਵਾਰ ਨੂੰ 7ਵੀਂ ਮੁੱਖ ਮੰਤਰੀ ਉਤੇ ਦੀ ਸੌਝਕ ਸਕਦੇ ਨੇ ਦੇਸ਼ 'ਚ ਕਰੋਨਾ ਤੋਂ ਠੀਕ ਹੋਣ ਦੀ ਦਰ 93.05% ਤੱਕ ਪਹੁੰਚ ਗਈ ਹੈ ਬੀਤੇ ਦਿਨੀ 47000 ਤੋਂ ਵੱਧ ਕਰੋਨਾ ਮਰੀਜ਼ ਲਾਗ ਤੋਂ ਮੁਕਤ ਹੋਏ ਸਿਹਤ ਮੰਤਰਾਲੇ ਮੁਤਾਬਿਕ ਹੁਣ ਤੱਕ ਇਹ ਕਿਹਾ ਸੀ ਲਗ 63000 ਤੋਂ ਵੱਧ ਲੋਕ ਕਰੋਨਾ ਤੋਂ ਮੁਕਤ ਹੋ ਚੁੱਕੇ ਨੇ ਹੁਣ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਪੋਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ ਦਾ ਮਹਿਜ਼ 5.48% ਦੇ ਤੇਜ਼ ਫਿਲਹਾਲ 480000 ਕਰੋਨਾ ਮਰੀਜ਼ ਮੌਜੂਦ ਨੇ ਬੀਤੇ ਦਿਨੀ ਕਰੋਨਾ ਵਾਇਰਸ ਦੇ 44684 ਨਵੇਂ ਮਾਮਲੇ ਸਾਹਮਣੇ ਆਏ ਸੇ ਨਾਲ ਹੀ ਦੇਸ਼ ਚ ਕਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 81 ਲੱਖ ਤੋਂ ਪਾਰ ਹੋ ਗਈ ਹੈ ਮੰਤਰਾਲੇ ਮੁਤਾਬਿਕ ਯੋਜਨਾਬੰਦ ਤੇ ਟੰਗ ਨਾਲ ਕਰਗਰ ਟੈਸਟਿੰਗ ਸ਼ੱਕੀ ਰੋਗੀਆਂ ਦਾ ਪਤਾ ਲਗਾਉਣ ਅਤੇ ਉਹਨਾਂ ਦੇ ਇਲਾਜ ਪ੍ਰਤੀ ਗੰਭੀਰਤਾ ਵਰਤੇ ਜਾਣ ਕਰਨ ਜ਼ਿਆਦਾਤਰ ਲੋਕ ਕੋਰੋਨਾ ਤੋਂ ਠੀਕ ਹੋ ਗਏ ਨੇ ਅਤੇ ਮੌਤ ਦਰ ਵੀ ਬਹੁਤ ਘਟ ਰਹੀ ਹੈ ਦੇਸ਼ 'ਚ ਇਸ ਸਮੇਂ ਕੋਰੋਨਾ ਤੋਂ ਹੋ ਰਹੀਆਂ ਮੌਤਾਂ ਦੀ ਦਰ ਸਿਰਫ 1.47% ਹੈ ਜੋ ਦੁਨੀਆ ਦੀਆਂ ਕੋਰੋਨਾ ਤੋਂ ਸਭ ਤੋਂ ਘੱਟ ਮੌਤ ਦਰਾਂ ਵਿੱਚ شمار ਹੈ ਬੀਤੇ ਦਿਨੀ ਕੋਰੋਨਾ ਕਾਰਨ ਦੇਸ਼ 'ਚ 520 ਲੋਕਾਂ ਦੀ ਮੌਤ ਹੋਈ ਹੁਣ ਤੱਕ ਕੋਵਿਡ-19 ਕਾਰਨ 129188 ਲੋਕਾਂ ਦੀਆਂ ਜਾਨਾਂ ਗਈਆਂ ਨੇ ਪਰti ਡਾਕਟਰੀ ਖੋਜ ਕੌਂਸਲ ਅਨੁਸਾਰ ਬੀਤੇ ਦਿਨੀ 929000 ਤੋਂ ਵੱਧ ਮੌਤਾਂ ਦੀ ਕਰੋਨਾ ਜਾਂਚ ਹੋਈ ਹੁਣ ਤੱਕ 12 ਕਰੋੜ 40 ਲੱਖ ਤੋਂ ਵੱਧ ਮੁੰਡਿਆਂ ਦੀ ਜਾਂਚ ਹੋ ਚੁੱਕੀ ਹੈ ਅਮਰੀਕਾ ਦੇ ਚੋਣੇ ਕੇ ਰਾਸ਼ਟਰਪਤੀ ਜੋ ਬਾਈਡਨ ਨੇ ਅੱਜ ਜਾਰਜੀਆ ਸਟੇਟ ਵਿੱਚ ਵੀ ਜਿੱਤ ਦਰਜ ਕੀਤੀ 1992 ਤੋਂ ਜਾਰਜੀਆ ਸਟੇਟ ਜਿੱਤਨ ਵਾਲੇ ਜੋ ਬਾਈਡਨ ਪਹਿਲੇ ਡੈਮੋਕ੍ਰੈਟਿਕ ਬਣ ਗਏ ਨੇ ਇਸ ਜਿੱਤ ਨਾਲ ਜੋ ਬਾਈਡਨ ਦੀ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਚੁੱਲ ਇਲੈਕਟੋਰਲ ਬੂਟਾਂ ਦੀ ਗਿਣਤੀ 306 ਤੱਕ ਪਹੁੰਚ ਗਈ ਹੈ ਜਦਕਿ ਬਹੁਮਤ ਲਈ 270 ਸੀਟਾਂ ਲੋੜੀਆਂ ਦੀਆਂ ਸਨ ਉਧਰ ਰਿਪਬਲਿਕਨ ਉਮੀਦਵਾਰ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਤਰੀ ਕੈਰੋਲਾਈਨਾ ਸਟੇਟ ਵਿੱਚ ਜਿੱਤ ਹਾਸਲ ਹੋਈ ਹੈ ਹੁਣ ਤੱਕ ਦੇ ਨਤੀਜਿਆਂ ਮੁਤਾਬਕ ਉਹਨਾਂ ਨੂੰ 232 ਇਲੈਕਟੋਰਲ ਬੂਟਾਂ ਹਾਸਲ ਹੋਈ ट्रंप ने भी जो बाइडन जिन्निया ही तीन सौ छह इलैक्टोर वोटा मिली सन उस समय डोनल्ड ट्रंप डेमोक्रेटिक उम्मीदवार हिलेरी कलिंटन हरा के राष्ट्रपति चुने गए